ਹਾਲੋ ਦੋਸਤੋ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਵਿੱਚ ਡਰਾਈਵਿੰਗ ਲਾਇਸੈਂਸ ਕਿਵੇਂ ਅਪਲਾਈ ਕਰ ਸਕਦੇ ਨੇ ਦੋਸਤੋ ਜੇ ਵੀਡੀਓ ਬੈਨੀਫੀਸ਼ੀਅਲ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਿਓ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਮੇਨ ਗੱਲ ਤੇ ਆਉਂਦੇ ਆ ਦੋਸਤੋ ਹੁਣ ਆਪਾਂ ਗੱਲ ਕਰ ਲਈ ਨਾ ਕਿ ਇੰਪੋਰਟੈਂਟ ਡਾਕੂਮੈਂਟ ਕਿਹੜੇ ਨੇ ਜਿਹੜੇ ਤੁਹਾਡੇ ਕੋਲ ਹੋਣੇ ਚਾਹੀਦੇ ਆ ਜੇ ਤੁਸੀਂ ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕਰ ਰਹੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਧਾਰ ਕਾਰਡ ਹੋਣਾ ਜ਼ਰੂਰੀ ਹੈ ਉਸ ਤੋਂ ਬਾਅਦ ਪੰਜ ਪਾਸਪੋਰਟ ਸਾਈਜ਼ ਫੋਟੋਆਂ ਹੋਣੇ ਤੁਸ ਤੋਂ ਬਾਅਦ ਜਨਮ ਤਾਰੀਖ ਦਾ ਸਬੂਤ ਪੰਜਵੀਂ ਅੱਠਵੀਂ ਦਸਵੀਂ ਦਾ ਸਰਟੀਫਿਕੇਟ ਕੋਈ ਵੀ ਇਸ ਵਿੱਚ ਚੱਲਦਾ ਹੈ ਤੇ ਜੇ ਤੁਸੀਂ ਆਨਲਾਈਨ ਮੋਬਾਈਲ ਉੱਪਰੋਂ ਅਪਲਾਈ ਕਰ ਰਹੇ ਹੋ ਉਸ ਦੀ ਜੋ ਆਪ PC ਤੇ ਅਪਲਾਈ ਕਰ ਰਹੇ ਹੋ ਤਾਂ ਆਪਣੇ ਸਿਗਨੇਚਰ ਦੇ ਵਾਈਟ ਪੇਪਰ ਉੱਪਰ ਸਿਗਨੇਚਰ ਕਰਕੇ ਤੁਸੀਂ ਫੋਟੋ ਖਿੱਚ ਕੇ ਸੇਵ ਰੱਖਣੀ ਉਹ ਵੀ ਜ਼ਰੂਰੀ ਹੈ ਅਪਲੋਡ ਕਰਨੀ ਪੈਂਦੀ ਹੈ ਉਹ ਤੇ ਇਸ ਤੋਂ ਨਵਾਂ ਦੋਸਤ ਸਰੈਕ ਘੋਸ਼ਣਾ ਪੱਤਰ ਹੁੰਦਾ ਇੱਕ ਫਾਰਮ ਹੁੰਦਾ ਹੈ ਤੇ ਇੱਕ ਮੈਡੀਕਲ ਸਰਟੀਫਿਕੇਟ ਦਾ ਫਾਰਮ ਹੁੰਦਾ ਉਹ ਤੁਹਾਨੂੰ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦੇਗਾ ਜਾਂ ਵੀਡੀਓ ਵਿੱਚ ਕਮੈਂਟ ਕਰੋ ਆਪਣਾ ਮੋਬਾਈਲ ਨੰਬਰ ਮੈਂ ਤੁਹਾਨੂੰ WhatsApp ਪਰ ਵੀ ਸੈਂਡ ਕਰ ਦੇਵਾਂਗਾ ਸਾਰੇ ਜੋ ਨੇ ਇਹ ਇੰਪੋਰਟੈਂਟ ਡਾਕੂਮੈਂਟ ਨੇ ਤੁਹਾਡੇ ਕੋਲ ਹੁਣੇ ਲਾਜ਼ਮੀ ਨੇ ਜੇ ਤੁਸੀਂ ਅਪਲਾਈ ਕਰਨੇ ਜਾਂ ਚਾਹ ਰਹੇ ਹੋ ਤਾਂ ਤੇ ਇਸ ਤੋਂ ਬਾਅਦ ਦਾ ਪ੍ਰੋਸੀਜਰ ਦੀ ਗੱਲ ਕਰੀਏ ਤਾਂ ਆਪਾਂ ਦੋਸਤੋਂ ਆਫਲਾਈਨ ਜੇ ਤੁਸੀਂ ਇਹ ਆਫਲਾਈਨ ਅਪਲਾਈ ਕਰ ਰਹੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਕੰਪਿਊਟਰ ਸੈਂਟਰ ਤੇ ਜਾਂ ਕਿਸੇ ਸਾਈਬਰ ਕਾਫੀ ਤੇ ਜਾਣਾ ਪਵੇਗਾ ਤੇ ਉੱਥੋਂ ਤੁਹਾਨੂੰ ਅਪਲਾਈ ਕਰਨਾ ਪਵੇਗਾ ਲਰਨਿੰਗ ਵਾਸਤੇ ਤੇ ਉੱਥੇ ਤੁਹਾਨੂੰ ਅਪਪਾਇੰਟਮੈਂਟ ਦਾ ਇੱਕ ਡੇਟ ਮਿਲ ਜਾਏਗੀ ਜਿਸ ਤੋਂ ਬਾਅਦ ਤੁਹਾਨੂੰ ਡੀਟੋ ਨੇੜੇ ਦੀ ਜੋ ਡੀਟੋ ਆਫਿਸ ਹੈ ਉੱਥੇ ਜਾ ਕੇ ਸਭ ਤੋਂ ਪਹਿਲਾਂ ਉੱਥੇ ਤੁਹਾਡੀ ਵੈਰੀਫਿਕੇਸ਼ਨ ਹੋਵੇਗੀ ਸਰਟੀਫਿਕੇਟਾਂ ਦੀ ਕਿ ਹਾਂ ਜਿਹੜੇ ਤੁਸੀਂ ਸਰਟੀਫਿਕੇਟ ਦਿੱਤੇ ਨੇ ਡਾਕੂਮੈਂਟ ਦਿੱਤੇ ਨੇ ਉਹ ਸਹੀ ਨੇ ਸੱਚੇ ਨੇ ਤੇ ਉਸ ਤੋਂ ਬਾਅਦ ਸੈਕਿੰਡ ਜੋ ਖਿੜਕੀ ਹੋਵੇਗੀ ਉਸ ਤੇ ਤੁਹਾਡੀ ਫੋਟੋ ਕਲਿੱਕ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਥੋੜਾ ਲਰਨਿੰਗ ਟੈਸਟ ਦਿੱਤਾ ਜਾਵੇਗਾ ਤੇ ਜਿਸ ਤੋਂ ਬਾਅਦ ਤੁਹਾਨੂੰ ਥੋੜੇ ਦਿਨਾਂ ਵਿੱਚ ਹੀ ਤੁਹਾਡਾ ਜੋ ਡਰਾਈਵਿੰਗ ਲਾਇਸੈਂਸ ਅਪਲਾਈ ਕੀਤਾ ਹੈ ਉਸ ਦੀ ਜੋ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇਗੀ ਇਸ ਤੋਂ ਬਾਅਦ ਜੇ ਤੁਸੀਂ ਆਫਲਾਈਨ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਹ ਸਾਰਾ ਪ੍ਰੋਸੈਸ ਤੁਹਾਨੂੰ ਫੋਲੋ ਕਰਨਾ ਪਊਗਾ ਜੇ ਆਨਲਾਈਨ ਅਪਲਾਈ ਮੋਬਾਈਲ ਉੱਪਰ ਅਪਲਾਈ ਕਰਨਾ ਚਾਹੁੰਦੇ ਹੋ ਅਪੌਇੰਟਮੈਂਟ ਲੈਣਾ ਚਾਹੁੰਦੇ ਹੋ ਜਾਂ ਡੇਟ ਹੁੰਦੀ ਹੈ ਜਿਹੜੀ ਅਪੌਇੰਟਮੈਂਟ ਜੋ ਉਹ ਪਤਾ ਕਰਨਾ ਚਾਹੁੰਦੇ ਹੋ ਤਾਂ ਮੈਂ ਨੈਕਸਟ ਵੀਡੀਓ ਆਪਣੇ ਚੈਨਲ ਉੱਤੇ ਪਾਵਾਂਗਾ ਤੇ ਇਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਘਰੇ ਵੱਟ ਤੁਸੀਂ ਅਪੌਇੰਟਮੈਂਟ ਦੀ ਫ੍ਰੀ ਵਿੱਚ